ਅਸੀਂ ਜਾ ਰਹੇ ਸੀ ਆਪਣਾ, ਠੀਕ ਆ, ਪਲਸਰ ਦੇ ਮੋਟਰਸਾਈਕਲ ਆਉਂਦਾ ਸੀ ਮੁੰਡਾ, ਠੀਕ ਆ, ਵੀ ਤੇਜ਼ ਸੀਗਾ, ਉਹ ਵੀ ਆਉਂਦਾ ਸੀਗਾ, ਉਹਨੂੰ ਬਚਾਉਂਦੇ ਬਚਾਉਂਦੇ ਇੱਧਰ ਨੂੰ ਗੱਡੀ ਕੀਤੀ, ਉਹ ਸਿੱਧੀ ਜਿਹੜੀ ਨਾਲ ਦੀ ਗੱਡੀ ਸੀ ਉਹ ਬੰਮ ਘਰ ਦੇ ਵਿੱਚ ਵੱਜੀ ਕੁਰ ਗਈ। ਗੱਡੀ ਤੁਸੀਂ ਚਲਾ ਰਹੇ ਸੀ? ਗੱਡੀ ਮੈਂ ਚਲਾ ਰਿਹਾ ਸੀਗਾ। ਕਿੱਥੇ ਜਾ ਕਿੱਥੇ ਰਹੇ? ਅਸੀਂ ਨਾਲੇਸਰ ਚੱਲੇ ਸੀ ਮੱਥਾ ਟੇਕਣ। ਕਾਹਦਾ ਕਾਹਦਾ ਐਕਸੀਡੈਂਟ ਕਾਹਦਾ ਕਾਹਦਾ ਹੋਇਆ? ਗੱਡੀਆਂ ਦੇ ਹਾਂ, ਗੱਡੀਆਂ ਵੱਜੀਆਂ, ਗੱਡੀਆਂ ਵੱਜਿਆ ਬਸ। ਅਤੇ ਮੌਤ ਹੋਈ ਹੈ ਕਿਸੇ? ਕਿਹਦੀ ਮੌਤ ਹੋਈ? ਮੇਰੀ ਮੰਮੀ ਦੀ। ਹੋਰ ਕਿੰਨੇ ਜਾਣੇ ਸੀ ਗੱਡੀ ਦੇ ਵਿੱਚ? ਅਸੀਂ ਚਾਰ ਜਾਣੇ ਸੀਗੇ। ਤੁਹਾਡੀ ਕੋਈ ਦਵਾਈ ਚੱਲਦੀ ਹੈ? ਮੇਰੀ ਪਹਿਲਾਂ ਦਵਾਈ ਚੱਲਦੀ ਹੈ। ਮੈਂ ਧਰਮਕੋਟ ਤੋਂ ਆ ਰਿਹਾ ਸੀਗਾ, ਮੈਂ ਗੱਡੀ ਚਾਹੁੰਦਾ ਪਿਆ ਸੀਗਾ, ਅਤੇ ਇਹ ਆ, ਇਹ ਗੱਡੀ ਆ ਰਹੀ ਸੀ ਮੋਗਾ ਸਾਈਡ ਤੋਂ। ਮੈਂ ਲੰਡੇ ਕੇ ਬੁੱਟਰ ਕਲੀਨਿਕ ਜੋ ਹੈਗਾ ਜੀ ਅੱਖਾਂ ਵਾਲਾ, ਉੱਥੇ ਆਪਣੀ ਸਾਈਡ ਲੈਫਟ ਸਾਈਡ ਆਉਂਦਾ ਵੀ ਇਹਨਾਂ ਨੇ ਗੱਡੀ ਮਤਲਬ ਕਿ ਰੋਂਗ ਸਾਈਡ ਆ ਕੇ ਮੇਰੇ ਵਿੱਚੋਂ ਮਾਰੀ, ਸਿੱਧਾ ਲੈ ਕੇ ਠੋਕ ਕੇ ਰੋਂਗ ਸਾਈਡ ਮਾਰੀ। ਰੋਂਗ ਸਾਈਡ ਗੱਡੀ ਮਾਰੀ। ਤੁਸੀਂ ਕਿੱਥੇ ਜਾਣਾ ਸੀ? ਮੈਂ ਮੋਗੇ ਆਉਣਾ ਸੀਗਾ। ਕਿਵੇਂ ਕੀ ਲੱਗਦਾ, ਕੀ ਆ, ਕਿਵੇਂ, ਕਿੰਨਾ ਕੁ ਸੱਟਾਂ ਵੱਜੀਆਂ? ਸੱਟਾਂ ਮੇਰੇ ਗੋਡੇ 'ਤੇ, ਮੋਢਿਆਂ ਪਿੱਛੇ ਟੁਈ, ਬੈਕ ਪੇਨ, ਅੰਦਰ ਪਸਲੀਆਂ ਦੇ ਦਬ ਹੁੰਦੀ ਆ, ਅਤੇ ਮੇਰਾ ਹਾਂ ਕੀ ਆ ਗੋਡਾ ਮੁਰਦਾ ਨਹੀਂ ਗਿਆ। ਜਿਹੜਾ ਦੂਸਰੀ ਗੱਡੀ ਤੋਂ ਵੱਜਿਆ ਪਤਾ ਲੱਗਾ, ਉਹ ਕਿੱਥੋਂ ਆ ਰਹੇ ਸੀਗੇ? ਉਹ ਮਤਲਬ ਇਹਨਾਂ, ਮੈਨੂੰ ਨਹੀਂ ਪਤਾ ਕਿੱਥੋਂ ਆ ਰਹੇ, ਮੋਗਾ ਸਾਈਡ ਤੋਂ ਆ ਰਹੇ ਸੀਗੇ, ਪਰ ਇਹ ਰੋਂਗ ਸਾਈਡ ਆ ਕੇ ਇਹਨਾਂ ਨੇ ਗੱਡੀ ਮੇਰੇ ਅੰਦਰ ਠੋਕ ਦਿੱਤੀ ਸੀਗੀ। ਉਹ ਗੁਣੀ ਮੋੜ ਸੀਗਾ, ਗੱਡੀ ਬਹੁਤ ਅਸੀਂ 80-100 ਸਪੀਡ 'ਤੇ ਗੱਡੀ ਆ ਰਹੀ ਸੀ, ਇੱਕ ਮੋਟਰਸਾਈਕਲ ਸੋ ਕਿੰਨਾ ਅੱਗੇ ਆਇਆ, ਉਹ ਸੋਕਟ ਟੇਡਾ ਉਡਾ ਕੇ ਬਚ ਕੇ ਨਿਕਲ ਗਿਆ, ਇਹਨਾਂ ਨੇ ਸਿੱਧਾ ਗੱਡੀ ਮੇਰੇ ਠੋਕ ਦਿੱਤੀ। ਇਹ ਦੋ ਵਹੀਕਲ ਦਾ ਆਪਸ ਐਕਸੀਡੈਂਟ ਹੋਇਆ ਨੀਅਰ ਬੁੱਟਰ ਹੋਸਪਿਟਲ ਲੰਡੇ ਕੇ। ਇਹਦੇ ਵਿੱਚ ਟੋਟਲ ਸਾਡੇ ਕੋਲ 5 ਪੇਸ਼ੈਂਟ ਆਏ ਆ। ਇੱਕ ਪੇਸ਼ੈਂਟ ਕਮਲੇਸ਼ ਜਿਹੜੇ ਨੇ ਉਹ ਬਰੋਡ ਡੈਡ ਨੇ, ਅਤੇ ਉਸ ਤੋਂ ਇਲਾਵਾ 4 ਪੇਸ਼ੈਂਟ ਜਿਹੜੇ ਆ ਉਹ ਵੱਖ ਵੱਖ ਸੱਟਾਂ ਨਾਲ ਆਏ ਨੇ ਸਾਡੇ ਕੋਲ। ਇਹਨਾਂ ਦੇ ਇਸ ਬਾਰੇ ਜਾਣਕਾਰੀ ਕੋਈ ਨਹੀਂ ਹੈਗੀ ਸਾਡੇ ਕੋਲ, ਐਕਚੁਲੀ ਜਿੱਦਾਂ ਹੀ ਆਏ ਅਸੀਂ ਟ੍ਰੀਟਮੈਂਟ ਵਗੈਰਾ ਆਪਣਾ। ਹਾਂਜੀ, ਇੱਕ ਬਰੋਡ ਡੈਡ ਆ, ਬਾਕੀ 4 ਇੰਜਰਡ ਹੈਗੇ ਆ। ਠੀਕ ਆ, ਉਹਦੇ ਵਿੱਚ ਇੱਕ ਪੇਸ਼ੈਂਟ ਦੇ ਹੈਡ ਇੰਜਰੀ, 2 ਪੇਸ਼ੈਂਟ ਦੇ ਹੈਡ ਇੰਜਰੀ ਹੈਗੀ ਆ, ਅਤੇ 2 ਪੇਸ਼ੈਂਟ ਦੇ ਆਪਣੀ ਲਿਮਸ 'ਤੇ ਇੰਜਰੀ ਹੈਗੀ ਆ। ਰੈਫਰ ਨਹੀਂ ਕੋਈ ਕੀਤਾ ਹੈਗਾ।